ਤੁਹਾਡਾ ਸਵਾਗਤ ਹੈ ਜੀ ਆਰਜੀ 24 ਨਿਊਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਬ ਪਿਛਲੇ ਕੁਝ ਮਹੀਨਿਆਂ ਤੋਂ ਚਰਚਾ ਵਿੱਚ ਰਹੇ ਐਡਵੋਕੇਟ ਗੁਰਕੀਰਤ ਕੌਰ ਜੋ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਧੀ ਹੈ ਉਹਨਾਂ ਦਾ ਚਰਚਾ ਵਿੱਚ ਰਹਿਣ ਦਾ ਕਾਰਨ ਸੀ ਕਿ ਕਾਂਗਰਸ ਹਾਈ ਕਮਾਨ ਨੇ ਜਗਰਾਉਂ ਤੋਂ ਨਵੇਂ ਇੰਚਾਰਜ ਨਿਯੁਕਤ ਕੀਤੇ ਗਏ ਪਰ ਇਹ ਚਰਚਾ ਸਿਰਫ ਅਖਬਾਰਾਂ ਅਤੇ ਚੈਨਲਾਂ ਦੀ ਸੁਰਖੀਆਂ ਹੀ ਬਣੀ ਪਰ ਇਸ ਵੱਲੋਂ ਕਿਸੇ ਕਾਂਗਰਸੀ ਨੇਤਾ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਨਾ ਹੀ ਕਾਂਗਰਸ ਹਾਈਕਮਾਨ ਵੱਲੋਂ ਪਰ ਅੱਜ ਫਿਰ ਗੁਰਕੀਰਤ ਕੌਰ ਜਗਰਾਉਂ ਹਲਕੇ ਵਿੱਚ ਐਕਟਿਵ ਨਜ਼ਰ ਆਏ ਵਿੱਚ ਆਇਆ ਸੀ ਵੀ ਕੱਲ੍ਹ ਦੁਬਾਰਾ ਫਿਰ ਜਗਰਾਉਂ ਹਲਕੇ ਵਿੱਚ ਗੁਰਕੀਰਤ ਕੌਰ ਪਹੁੰਚਿਆ ਉਹਨਾਂ ਅੱਜ ਝਾਂਸੀ ਰਾਣੀ ਚੌਂਕ ਵਿੱਚ ਮਾਸਕ ਵੰਡੇ ਅਤੇ ਕਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਅਸੀਂ ਜਦ ਉਹਨਾਂ ਨਾਲ ਗੱਲਬਾਤ ਕੀਤੀ ਕਿ ਸ਼ਾਇਦ ਜਗਰਾਉਂ ਹਲਕੇ ਦੇ ਨਵੇਂ ਇੰਚਾਰਜ ਮਿਲਣਗੇ ਉਹਨਾਂ ਕਿਹਾ ਕਿ ਇਹ ਮੇਰਾ ਫੈਸਲਾ ਨਹੀਂ ਹੈ ਇਹ ਹਾਈਕਮਾਨ ਦਾ ਫੈਸਲਾ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਖੁਦ ਪਤਾ ਲੱਗ ਜਾਵੇਗਾ ਕਿ ਨਵਾਂ ਇੰਚਾਰਜ ਕੌਣ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨਵਾਂ ਇੰਚਾਰਜ ਕੌਣ ਹੋਵੇਗਾ ਵੇਖੋ ਸਾਡੀ ਪੂਰੀ ਸਤਿ ਸ਼੍ਰੀ ਅਕਾਲ ਜੀ ਅੱਜ ਜਗਰਾਉਂ ਵਿੱਚ ਰਾਣੀ ਝਾਂਸੀ ਚੌਂਕ ਵਿਖੇ ਮੈਂ ਗੁਰਕੀਰਤ ਕੌਰ ਐਡਵੋਕੇਟ ਮੇਰੇ ਨਾਲ ਕਾਂਗਰਸ ਦੇ ਵਰਿਸ਼ਟ ਨੇਤਾ ਦੇਸ਼ਭਗਤ ਜੀ ਅਸੀਂ ਕਾਂਗਰਸ ਪਾਰਟੀ ਵੱਲੋਂ ਇਸ ਜਗਰਾਉਂ ਦੇ ਸ਼ਹਿਰ ਵਿੱਚ ਮਾਸਕ ਵੰਡਣ ਦੀ ਕੋਸ਼ਿਸ਼ ਕਰ ਰਹੇ ਹੈਗੇ ਹਾਂ ਜਿਹੜੇ ਵੀ ਲੋਕ ਮਾਸਕ ਤੋਂ ਬਿਨਾਂ ਜਾ ਰਹੇ ਸਾਡੀ ਉਹਨਾਂ ਨੂੰ ਗੁਜ਼ਾਰਿਸ਼ ਹੈਗੀ ਕਿ ਉਹ ਮਾਸਕ ਜ਼ਰੂਰ ਲਗਾਉਣ ਕਰੋਨਾ ਮਹਾਂਮਾਰੀ ਵਿੱਚ ਆਪਣਾ ਬਚਾਓ ਕਰਨਾ ਹੀ ਸਭ ਤੋਂ ਉਚਿਤ ਹੈਗਾ ਇਹਦਾ ਇਲਾਜ ਬਹੁਤ ਹੀ ਔਖਾ ਹੈ ਇਸ ਕਰਕੇ ਆਪਣਾ ਬਚਾਓ ਕਰਕੇ ਰਹਿਣਾ ਚਾਹੀਦਾ ਅਸੀਂ ਸਾਰੇ ਜਗਰਾਉਂ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਮਾਸਕ ਜ਼ਰੂਰ ਲਗਾਉਣ ਜੋ ਕੁਛ ਸਾਡੀ ਸਮਰੱਥਾ ਹੋਏਗੀ ਅਸੀਂ ਉਹਦੇ ਅਕੋਰਡਿੰਗਲੀ ਸਾਰਿਆਂ ਨੂੰ ਮਾਸਕ ਵੰਡਾਂਗੇ ਜੇ ਅੱਗੇ ਕੋਈ ਅਸੀਂ ਕੈਂਪ ਵੀ ਲਗਾਉਣ ਜਾ ਰਹੇ ਹੈਗੇ ਹਾਂ ਜਿਹੜਾ ਵੀ ਕੋਈ ਆਪਣੀ ਵੈਕਸੀਨੇਸ਼ਨ ਵਾਸਤੇ ਕੈਂਪ ਵਾਸਤੇ ਆਉਣਾ ਚਾਹੇ ਉਹ ਸਾਨੂੰ ਕੰਟੈਕਟ ਕਰ ਸਕਦਾ ਹੈਗਾ ਅਸੀਂ ਉਹਨਾਂ ਦੀ ਵੈਕਸੀਨ ਲਗਵਾਵਾਂਗੇ ਅਤੇ ਹੋਰ ਵੀ ਜੋ ਵੀ ਸਹਾਇਤਾ ਹੋਏਗੀ ਰਾਸ਼ਨ ਦੀਆਂ ਕਿਸੇ ਵੀ ਤਰੀਕੇ ਦੀ ਕਿਸੇ ਨੂੰ ਕੋਈ ਥੋੜ੍ਹ ਹੈਗੀ ਹੈ ਮੈਨੂੰ ਗੁਰਕੀਰਤ ਕੌਰ ਐਡਵੋਕੇਟ ਨੂੰ ਜ਼ਰੂਰ ਮੌਕਾ ਦੇਣ ਅਸੀਂ ਜ਼ਰੂਰ ਉਹਨਾਂ ਦੀ ਜਿਹੜੀ ਵੀ ਜ਼ਰੂਰਤ ਪੂਰੀ ਹੋ ਸਕੇਗੀ ਜ਼ਰੂਰ ਕਰਾਂਗੇ ਮੈਡਮ ਫਿਰ ਜਗਰਾਉਂ ਨੂੰ ਨਵਾਂ ਇੰਚਾਰਜ ਮਿਲੂਗਾ ਇਹ ਦੇਖੋ ਜੀ ਇਹ ਤਾਂ ਹਾਈਕਮਾਂਡ ਦੇ ਡਿਸੀਜ਼ਨ ਨੇ ਕੁਛ ਦਿਨਾਂ ਵਿੱਚ ਇਹ ਕਲੀਅਰ ਹੋ ਹੀ ਜਾਏਗਾ ਜੋ ਹੋਏਗਾ ਉਹ ਆਪ ਜੀ ਦੇ ਸਾਹਮਣੇ ਆਏਗਾ ਤੁਹਾਡਾ ਆਉਣ ਦਾ ਹੈਗਾ ਦਿੱਲੀ ਤੋਂ ਬਹੁਤ ਦੂਰੋਂ ਤੁਸੀਂ ਆਏ ਹੈਗੇ ਆ ਪਰਪਜ਼ ਕੀ ਹੈਗਾ ਮਤਲਬ ਜਗਰਾਉਂ ਪਰਪਜ਼ ਜਗਰਾਉਂ ਸ਼ਹਿਰ ਦੀ ਸੇਵਾ ਕਰਨਾ ਜਗਰਾਉਂ ਵਾਸੀਆਂ ਦੀ ਸੇਵਾ ਕਰਨਾ ਸਾਡੇ ਪਿਤਾ ਜੀ ਸਵਰਗੀ ਸਰਦਾਰ ਬੂਟਾ ਸਿੰਘ ਜੀ ਇਸ ਇਲਾਕੇ ਤੋਂ ਕਾਫੀ ਤਾਲੁਕ ਰੱਖਦੇ ਸੀਗੇ ਨਾਨਕਸਰ ਗੁਰਦੁਆਰੇ ਦੇ ਨਾਲ ਸਾਡੇ ਬਹੁਤ ਪੁਰਾਣੇ ਰਿਸ਼ਤੇ ਹੈਗੇ ਨੇ ਜਗਰਾਉਂ ਹਲਕੇ 'ਚ ਸਾਡਾ ਆਪਣਾ ਪਰਿਵਾਰ ਕਾਫੀ ਹੈਗਾ ਸਾਡੇ ਆਪਣੇ ਸਮਾਜ ਦੇ ਲੋਕ ਕਾਫੀ ਹੈਗੇ ਅਸੀਂ ਉਹਨਾਂ ਦੀ ਸੇਵਾ ਕਰਨ ਵਾਸਤੇ ਹੀ ਜਗਰਾਉਂ ਆਏ ਹਾਂ ਠੀਕ ਹੈ ਜੀ ਪਹਿਲਾਂ ਤੁਹਾਡੇ ਕਾਫੀ ਚਰਚੇ ਸੀ ਮੈਡਮ ਇੰਚਾਰਜ ਨਵੇਂ ਆ ਗਏ ਹੈਗੇ ਆ ਬਾਅਦ ਵੀ ਚਲੇ ਗਏ ਹੁਣ ਦੁਬਾਰਾ ਨਹੀਂ ਮੇਰੇ ਦੁੱਖ ਦੀ ਗੱਲ ਇਹ ਹੈਗੀ ਕਿ ਮੇਰੇ ਮਦਰ ਇਨ ਲਾਅ ਮੇਰੀ ਸਾਸੂ ਮਾਤਾ ਜੀ ਦਾ ਦੇਹਾਂਤ ਹੋ ਗਿਆ ਸੀਗਾ ਉਹਨਾਂ ਦੇ ਕਰਦੇ ਸਾਨੂੰ ਵਾਪਸ ਜਾਣਾ ਪਿਆ ਸੀਗਾ ਕੁਛ ਰੀਤੀ ਰਿਵਾਜ਼ ਐਸੇ ਸੀਗੇ ਲੋਕਡਾਊਨ ਦੀ ਵਜ੍ਹਾ ਦੇ ਨਾਲ ਦਿੱਲੀ 'ਚ ਕਰਫਿਊ ਸੀਗਾ ਉੱਥੇ ਸਾਨੂੰ ਅਸਥੀਆਂ ਵਹਾਉਣ ਵਾਸਤੇ ਵੀ ਲੋਕਡਾਊਨ ਵਿੱਚ ਨਿਕਲਣਾ ਬਹੁਤ ਮੁਸ਼ਕਿਲ ਸੀ ਅਤੇ ਜਦ ਤਾਈਂ ਅਸੀਂ ਉਹਨਾਂ ਦਾ ਪੂਰਾ ਕਿਰਿਆਕ੍ਰਮ ਨਹੀਂ ਸੀ ਕਰ ਪਾ ਰਹੇ ਅਸੀਂ ਫਿਰ ਆਪਣੇ ਕੁਛ ਪਰਿਵਾਰਕ ਵਜ੍ਹਾ ਦੇ ਨਾਲ ਰੁਕ ਗਏ ਸੀਗੇ ਹੁਣ ਸਾਰਾ ਪਰਿਵਾਰ ਜਿਹੜਾ ਹੈਗਾ ਉਹ ਇੱਥੇ ਜਗਰਾਉਂ ਦੀ ਸੇਵਾ ਵਿੱਚ ਆ ਗਿਆ ਹੈਗਾ ਔਰ ਅਸੀਂ ਅੱਗੇ ਵੀ ਸਾਰੀ ਸੇਵਾ ਜਗਰਾਉਂ ਦੇ ਹਲਕੇ ਵਾਸਤੇ